ਪੰਜਾਬ ਕਾਂਗਰਸ ਦੀ ਪਾਟੋ ਤਾੜ ਦਿਨੋ ਦਿਨ ਵੱਧ ਰਹੀ ਹੈ। ਇਸ ਵੱਧਦੇ ਕਲੇਸ਼ ਨੇ ਹਾਈਕਮਾਨ ਨੂੰ ਪੰਜਾਬ 'ਚ ਦਖਲ ਦੇਣ ਲਈ ਮਜਬੂਰ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਰੋਜ਼ਾਨਾ ਕੀਤੇ ਜਾਂਦੇ ਟਵਿੱਟਰ ਹਮਲਿਆਂ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬੇਅਦਬੀ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਤੇ ਆਰ ਪਾਰ ਦੀ ਲੜਾਈ ਲੜਨ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਦਖਲ ਦਿੱਤਾ ਹੈ। ਇਸ ਖਲਾਰੇ ਨੂੰ ਸਮੇਟਣ ਲਈ ਰਾਹੁਲ ਨੇ 3 ਮੈਂਬਰੀ ਕਮੇਟੀ ਬਣਾਈ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ, ਆਲ ਇੰਡੀਆ ਕਾਂਗਰਸ ਦੇ ਜਨਰਲ ਸੈਕਟਰੀ ਕੇ ਵੇਣੂਗੋਪਾਲ ਅਤੇ ਇੱਕ ਪੰਜਾਬ ਤੋਂ ਬਾਹਰੋਂ ਮੈਂਬਰ ਪਾਰਲੀਮੈਂਟ ਦੇ ਮੋਢਿਆਂ 'ਤੇ ਇਹ ਕਾਟੋ ਕਲੇਸ਼ ਸੁਲਝਾਉਣ ਦਾ ਭਾਰ ਸੁੱਟਿਆ ਗਿਆ ਹੈ। ਸੂਤਰ ਦੱਸਦੇ ਨੇ ਕਿ ਇਹ ਕਮੇਟੀ ਪੰਜਾਬ ਵਿੱਚ ਜਾ ਕੇ ਇਕੱਲੇ ਵਿਧਾਇਕ ਨੂੰ ਬੁਲਾ ਕੇ ਉਹਨਾਂ ਦੀਆਂ ਆਪਣੀ ਸਰਕਾਰ ਪ੍ਰਤੀ ਸ਼ਿਕਾਇਤਾਂ ਦਰਜ ਕਰੇਗੀ। ਰਾਹੁਲ ਦਾ ਇਹ ਪੈਂਤੜਾ ਹੁਣ ਕਾਂਗਰਸੀਆਂ ਦੇ ਆਪਸੀ ਮਨਮੁਟਾਵ ਦੂਰ ਕਰ ਪਾਉਂਦਾ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।